ਭੈਣਾਂ ਬੈਠੀਆਂ ਏਦਾਂ ਦੀ ਫਿਜ਼ਾ, ਬਾਬਾ ਇਹ ਤੇਰਾ ਸਜਾ ਤੇ ਬਾਗਰ ਬੈਠੇ ਨੇ, ਬਾਬਾ ਇਹਨਾਂ ਸਾਰਿਆਂ ਤੋਂ ਪੁੱਛ ਲੈ, ਤੇਰੀ 13ਵੀਂ ਜ਼ਰਬ ਤੋਂ ਲੈ ਕੇ ਅੱਜ ਤੱਕ ਨਾ ਮੈਂ ਸੁੱਤੀ ਆ ਨਾ ਮੈਂ ਪਾਣੀ ਪੀਤਾ। ਬਾਬਾ ਮਿੱਟੀਆਂ ਤੇ ਰੁਲ ਗਈਆਂ, ਬਾਬਾ ਬਹੁ ਜ਼ਖਮੀ ਆ। ਭਲਾਵੀ ਭਲਾਵੀ ਭਲਾਵੀ, ਅੱਖਾਂ ਬੰਦ ਹੋਈਆਂ, ਅੱਖਾਂ ਬੰਦ ਹੋਈਆਂ, ਨਬਜ਼ਾਂ ਰੁਕ ਗਈਆਂ, ਬੀਬੀਆਂ ਦੇ ਵੈਣ ਸੈਣ ਫਿਜ਼ਾ ਦਿਨ ਸਜਾ ਤੇਰੀ ਭੈਣ ਮਰ ਗਈ। ਜਿਹੜੇ ਵੇਲੇ ਮਾਨ ਪਤਾ ਲੱਗਾ ਜੋ ਜਿੰਨਾਂ ਨੇ ਚ ਮੇਰੀ ਧੀ ਦੁਨੀਆ ਤੋਂ ਟੁਰ ਗਈ, ਦੀਵਾਰ ਨਾਲ ਮੱਥਾ ਮਾਰ ਕੇ ਬੀਬੀ ਰਬਾਬ ਆਦਨ ਹਾਏ ਗਰੀਬੀ। ਚੌਥੇ ਇਮਾਮ ਦੀ ਰੱਤ ਵਧੀਏ ਪਰਮਾਮਾ, ਇਹ ਵੈਣ ਅਕਬਰ ਦੀ ਬਰਛੀ ਤੇ ਨਹੀਂ ਹੋਇਆ, ਅਸਗਰ ਦੇ ਤੀਰ ਤੇ ਨਹੀਂ ਹੋਇਆ, ਚਾਚੇ ਦੇ ਬਾਜ਼ੂਆਂ ਤੇ ਨਹੀਂ ਹੋਇਆ, ਮੇਰੇ ਪਿਉ ਦੀਆਂ ਜ਼ਰਬਾਂ ਤੇ ਨਹੀਂ ਹੋਇਆ। ਅੰਮਾ ਮੈਂ ਪੁੱਛ ਸਕਦਾ ਅੱਜ ਸ਼ਾਮ ਦੇ ਜ਼ਿੰਦਾਨ ਦੇ ਇਸ ਮੇਰੀ ਭੈਣ ਦੇ ਮਈਅਤ ਤੇ ਇਹ ਵੈਣ ਕਿਉਂ ਕੀਤਾ ਨੇ? ਬੀਬੀ ਆਦੀ ਹੈ ਤੇਰੇ ਪਿਉ ਦੇ ਕਤਲ ਦੀ ਅਸਲ ਗਵਾ ਮਰ ਗਈ ਏ ਸ਼ਾਮ ਵਿਚਾਲੇ, ਤੇ ਹੁਣ ਖੋਲ ਚਾ ਰਸੀਆਂ ਭੈਣ ਦੀਆਂ ਤੇਰੇ ਦਰਦਾਂ ਦੀ ਭਾਈ। ਮਸਾਏ ਮੈਂ ਹੁਣ ਪੜਨ ਲੱਗਾ, ਅਲਹਮਦੁਲਿਲਾ ਇਹ ਪਾਕਿਸਤਾਨ ਦੇ ਮਿੰਬਰ ਤੇ ਸਭ ਤੋਂ ਪਹਿਲੇ ਤੇਰੇ ਨੌਕਰ ਪੜੇ। ਮਸਾਏ ਮੈਂ ਹੁਣ ਇੱਕ ਵੈਣ ਕਰਨ ਲੱਗਾ, ਅਗਲੇ ਦਿਨ ਜ਼ਿੰਦਾਨ ਦੇ ਬਾਹਰ ਬਾਜ਼ਾਰ ਚ ਮਿੱਟੀ ਤੇ ਬਹਿ ਕੇ ਆਪਣੀ ਭੈਣ ਦੇ ਏਹਸਾਨ ਯਾਦ ਕਰਕੇ ਖੂਨ ਪੈਰੋਂਦੇ ਨੇ। ਵਾਹ 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 ਵਾਹ, ਕਿਆ ਬਾਤ ਹੈ ਤੁਹਾਡੇ ਮਸਾਹਿਬ ਸੁਣਨ ਦੀ? ਆਪਣੀ ਭੈਣ ਦੇ ਏਹਸਾਨ ਯਾਦ ਕਰਕੇ ਕਿਆ ਬਾਤ ਹੈ ਤੁਹਾਡੇ ਮਸਾਹਿਬ ਸੁਣਨ ਦੀ? ਇਤਨਾ ਅਦਬ ਨਵਾਜ਼ ਮਜਮਾ, ਇਹਸਾਨ ਯਾਦ ਕਰਕੇ ਖੂਨ ਪੈਰੋਂਦੇ ਨੇ। ਇਦੋਂ ਰੱਤ ਵਧਦੀ ਏ, ਉਦੋਂ ਇੱਕ ਔਰਤ ਭਜਦੀ ਆਉਂਦੀ ਏ, ਆਦੀ ਕਹਿਦੀ ਮੇਰਾ ਸਲਾਮ ਹੋਈ ਸੈਯਦ ਆਦਨ, ਮੇਰਾ ਹੀ ਸਲਾਮ। ਆਦੀ ਕਹਿਦੀ ਤੇਰੇ ਚਿਹਰੇ ਤੋਂ ਲੱਗਦਾ ਹੈ ਕਿਸੇ ਸ਼ਰੀਫ ਖਾਨਦਾਨ ਦਾ ਫਰਦ। ਮੌਲਾ ਫਰਮਾਇਆ ਗਰਜ ਬਿਆਨ ਕਰ। ਆਦੀ ਕਹਿਦੀ ਮੈਂ ਸੁਣਿਆ ਅੱਲਾ ਕਹਿਦੀ ਦੀ ਦੁਆ ਬੜੀ ਕਬੂਲ ਕਰਦਾ। ਫਰਮਾਇਆ ਕੋਈ ਸ਼ੱਕ ਨਹੀਂ। ਕਹਿਦੀ ਮੇਰਾ ਦਿਲ ਲੱਗਦਾ ਹੈ ਅਗਰ ਤੂੰ ਦੁਆ ਮੰਗੇ ਅੱਲਾ ਕਬੂਲ ਜ਼ਰੂਰ ਕਰਸੀ। ਸੈਯਦਾ ਦੇ ਕੋ ਮੰਗਾਵਣੀ ਆਈ। ਹਾਂ ਕਹਿਦੀ ਮੇਰੀ ਇੱਕ ਬੱਚੀ ਏ, ਮੇਰੀ ਇੱਕ ਧੀ ਏ, ਮੁੱਦਤ ਤੋਂ ਬਿਮਾਰ ਏ। ਕਹਿਦੀ ਦੁਆ ਮੰਗ ਅੱਲਾ ਮੇਰੀ ਧੀ ਨੂੰ ਤੰਦਰੁਸਤੀ ਚ ਦੇਵੇ। ਸੈਯਦਾ ਦਿਨ ਜ਼ਰੂਰ ਦੁਆ ਮੰਗਦਾ ਮਗਰ ਤੂੰ ਇੱਕ ਮਿਹਰਬਾਨੀ ਕਰ ਧੀ ਨੂੰ ਘਰੋਂ ਮੇਰੇ ਕੋਲ ਲੈ ਆ। ਸਮਝ ਗਏ ਹੋ? ਸਮਝ ਗਏ ਹੋ? ਸਮਝ ਗਏ ਹੋ? ਧੀ ਨੂੰ ਮੇਰੇ ਕੋਲ ਲੈ ਆ। ਦੌੜੀ ਏ, ਅਜੇ ਭਾਈ ਜਾਨ ਘਰ ਨਹੀਂ ਪਹੁੰਚੀ, ਅੰਦਰੋਂ ਰੋਣ ਦੀ ਆਵਾਜ਼ ਆਈ, ਇਹਦੀ ਧੀ ਮਰ ਗਈ। ਬਾਬਾ ਜੀ ਘਰ ਨਹੀਂ ਗਈ, ਦੌੜਦੀ ਹੋਈ ਜਨਾਬੇ ਸੱਜਾਦ ਦੇ ਕੋਲ ਆ ਗਈ। ਇੰਜ ਕਰਕੇ ਅੱਲਾ ਦਾ ਨਾ ਮੈਨੂੰ ਮਾਫ ਕਰੇ। ਸੈਯਦਾ ਦਾ ਕਿਉਂ? ਫਰਮਾਇਆ ਜਿਹੜੀ ਬਿਮਾਰ ਆਈ ਉਹ ਮਰ ਗਈ ਹੈ, ਜਿੰਦਾ ਅਜੇ ਤੱਕ ਹੱਥ ਸੀਨੇ ਤੇ ਨਹੀਂ ਆਇਆ। ਕੜੀਆਂ ਤੋਂ ਮੱਥਾ ਚਾ ਕੇ ਬਾਗਰ ਦਾ ਬਾਬਾ ਦਾ ਨਹੀਂ ਸੁਝਾਣਿਆ, ਮੁਸਲਮਾਨਾ ਮਰ ਗਈ ਹੈ ਤਾਂ ਵੀ ਲਿਆ।
ਸਦਕੇ ਭਾਈ ਭਾਵੇਂ ਮਰ ਗਈ ਏ ਤਾਂ ਵੀ ਲੈ ਆ ਇਹਦੇ ਜਿਗਰ ਚ ਨੇਜ਼ਾ ਵੱਜਿਆ ਦੀ ਹੈ ਇਹ ਕਹਿਦੀ ਕਿਵੇਂ ਦੀ ਗੱਲ ਪਿਆ ਕਰਦਾ ਹੈ ਭਾਵੇਂ ਮਰ ਗਈ ਏ ਤਾਂ ਵੀ ਲੈ ਆ ਦੌੜੀ ਏ ਆਦਿ ਇਹਦਾ ਲੈ ਜਾ ਸੱਚਾ ਏ ਮੋਈ ਹੋਈ ਧੀ ਨੂੰ ਚਾ ਕੇ ਜਨਾਬੇ ਸਜਾਦ ਦੇ ਸਾਹਮਣੇ ਮਿੱਟੀ ਤੇ ਲਿਟਾਇਆ ਸ ਅੱਲਾ ਦੀ ਇੱਜ਼ਤ ਦੀ ਕਸਮ ਬਾਜ਼ਾਰ ਚ ਭਾਈ ਜਾਨ ਰਸ਼ ਵੱਧ ਗਿਆ ਬਾਗਰ ਦੇ ਬਾਬੇ ਕੜੀਆਂ ਵਾਲੇ ਹੱਥ ਚਾ ਕੇ ਬੱਚੀ ਦੇ ਮੱਥੇ ਤੇ ਰੱਖੇ ਨੇ ਸਯਦ ਆਦਾ ਮੇਰਾ ਅੱਲਾ ਤੇ ਨਵਾਸਤੇ ਮੇਰੀ ਭੈਣ ਦੇ ਜ਼ਖਮੀ ਕੰਨਾਂ ਦਾ ਇਹਦੀ ਧੀ ਨੂੰ ਜ਼ਿੰਦਗੀ ਅਤਾ ਕਰ ਮੈਂ ਝੂਠ ਬੋਲਾ ਮੁਜਰਮ ਹੋਵਾਂ ਇਹ ਬੱਚੀ ਕੱਪੜੇ ਛੱਡ ਕੇ ਉੱਠ ਪਈਏ ਜਦਾਂ ਬੱਚੀ ਜ਼ਿੰਦਾ ਹੋਈਏ ਇਹਦੀ ਮਾਂ ਸਿਰ ਤੋਂ ਚਾਦਰ ਲਹਾਈਏ ਬਾਜ਼ਾਰ ਦੀ ਮਿੱਟੀ ਚਾਹੀਏ ਤੇ ਵਾਲਾਂ ਚ ਪਾਈਏ ਸਜਾ ਤੇ ਪੈਰਾਂ ਤੇ ਹੱਥ ਰੱਖੇ ਸ ਆਦੀਏ ਤੈਨੂੰ ਵਾਸਤਾ ਅਲਮਾ ਵਾਲੇ ਦਾ ਦਸ ਕੇ ਤਰਕੀਬ ਸਿਖਾਈਆ ਤੇ ਜੇ ਸਾਡੀਆਂ ਜ਼ਿੰਦਾ ਕਰ ਸਕਨੇ ਕੱਲ ਆਪਣੀ ਕਿਉਂ ਦਫ਼ਾ ਮਰਹਬਾ ਆਦੀਏ ਕਹਿਦੀ ਮੈਂ ਵੇਦੀ ਰਹੀ ਆਈ ਓ ਬਾਜ਼ਾਰਾ ਤੇਰੇ ਹੱਥਾਂ ਤੇ ਚਾਰ ਸਾਲ ਦੀ ਬੱਚੀ ਆਈ ਤੇਰੀ ਰੱਤ ਵੱਡੀ ਆਈ ਤੇ ਰੋ ਰੋ ਕੇ ਪਿਆ ਦਾ ਮੈਂ ਖੁਲੋ ਗਾ ਸਜਾਦਾ ਮੈਂ ਰੁੱਲੀ ਹੋਈ ਭੈ ਛਾਈਆਦਾ ਰੋਕਿਆ ਤਾਂ ਇਹ ਗੱਠੜੀ ਨਹੀਂ ਮਾਤਮੇ ਹੁਸੈਨ ਨਵਾ ਖਾਨ ਹਜ਼ਰਾਤ ਸੇ ਅਪੀਲ ਹੈ ਕਿ ਮੈਂਬਰ ਪਰ ਤਸ਼ਰੀਫ ਲੈ ਆਏ ਯਾ ਹੁਸੈਨ 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 Yeah.